ਇੱਥੇ ਇੱਕ ਹਜ਼ਰਤ ਅਲੀ ਦੇ ਜੀਵਨ ਦਾ ਬੜਾ ਪਿਆਰਾ ਕਿੱਸਾ ਯਾਦ ਆ ਗਿਆ ਸਾਨੂੰ, ਹਜ਼ਰਤ ਅਲੀ ਦੇ ਜੀਵਨ ਦਾ, ਕਿ ਜਦੋਂ ਮੁਹੰਮਦ ਸਾਹਿਬ ਦੁਨੀਆ ਤੋਂ ਵਫਾਤ ਕਰ ਗਏ, ਯਾਨੀ ਮੁਹੰਮਦ ਸਾਹਿਬ ਦੀ ਹਜ਼ੂਰ ਦੀ ਰੂਹ ਪਰਮਾਤਮਾ ਦੇ ਵਿੱਚ ਲੀਨ ਹੋ ਗਈ, ਕੁਛ ਦਿਨ ਗੁਜ਼ਰੇ ਸੀ ਤਾਂ ਸਾਰੇ ਉਹਨਾਂ ਦੇ ਪਿਆਰੇ ਆਪਣੇ ਮੁਰਸ਼ਦ ਨੂੰ, ਆਪਣੇ ਹਜ਼ੂਰ ਨੂੰ ਬੜਾ ਪ੍ਰੇਮ ਕਰਦੇ ਸੀ। ਹੁਣ ਜਦੋਂ ਕੁਛ ਸਮਾਂ ਗੁਜ਼ਰਿਆ ਤਾਂ ਇੱਕ ਦਿਨ ਹਜ਼ਰਤ ਅਲੀ ਆਪਣੇ ਘਰ ਬੈਠੇ ਹੈ, ਹਸਨ ਹੁਸੈਨ ਵੀ ਹੈ, ਫਾਤਿਮਾ ਉਹਨਾਂ ਦੀ ਪਤਨੀ ਹੈ ਉਹ ਵੀ ਕੋਲ ਹੈ। ਹੁਣ ਇੱਕ ਆਦਮੀ ਆਇਆ ਜੋ ਕਿ ਹਜ਼ੂਰ ਨਾਲ ਬੜਾ ਪਿਆਰ ਕਰਦਾ ਸੀ, ਉਹਨਾਂ ਸੋਚਿਆ ਕਿ ਚਲੋ ਹਜ਼ਰਤ ਅਲੀ ਕੋ ਬਹਿੰਦੇ, ਹਜ਼ੂਰ ਦੀ ਕੋਈ ਗੱਲ ਕਰਦੇ ਹਾਂ, ਕਿਉਂਕਿ ਜਦੋਂ ਆਪਣੇ ਪਿਆਰੇ ਦੀ ਯਾਦ ਆਵੇ ਤਾਂ ਪਿਆਰੇ ਕੋ ਬਹਿ ਕੇ ਹੀ ਉਹ ਗੱਲ ਕਰਕੇ ਬੰਦਾ ਆਪਣੇ ਦਿਲ ਨੂੰ ਤਸੱਲੀ ਦਿੰਦਾ ਹੈ। ਹਜ਼ਰਤ ਅਲੀ ਕੋਲ ਆਏ ਉਹ ਪਿਆਰਾ, ਤਾਂ ਕਿ ਹਜ਼ਰਤ ਅਲੀ ਨੂੰ ਕਹਿਣ ਲੱਗਾ ਕਿ ਹਜ਼ਰਤ ਅਲੀ ਤੁਸੀਂ ਹਜ਼ੂਰ ਨੂੰ ਕਿੰਨਾ ਕੁ ਯਾਦ ਕਰਦੇ ਹੋ, ਹਜ਼ੂਰ ਯਾਨੀ ਹਜ਼ੂਰ ਮੁਹੰਮਦ ਸਾਹਿਬ ਨੂੰ ਕਿੰਨਾ ਕੁ ਯਾਦ ਕਰਦੇ ਹੋ। ਉਹਨਾਂ ਦੀ ਯਾਦ ਮੈਨੂੰ ਤਾਂ ਬਹੁਤ ਆਉਂਦੀ ਹੈ, ਪਲ ਪਲ ਤੜਫਾਉਂਦੀ ਹੈ ਕਿ ਮੇਰਾ ਮਹਿਬੂਬ ਅੱਜ ਮੇਰੀਆਂ ਅੱਖਾਂ ਦੇ ਸਾਹਮਣੇ ਨਹੀਂ ਹੈ, ਮੈਨੂੰ ਪਲ ਪਲ ਉਹਨਾਂ ਦੀ ਯਾਦ ਤੜਫਾਉਂਦੀ ਹੈ, ਤੁਸੀਂ ਕਿੰਨਾ ਕੁ ਯਾਦ ਕਰਦੇ ਹੋ। ਤਾਂ ਹਜ਼ਰਤ ਅਲੀ ਨੇ ਕਿਹਾ, ਯਾਦ ਉਹਨੂੰ ਕੀਤਾ ਜਾਂਦਾ ਜੋ ਅੱਖਾਂ ਤੋਂ ਦੂਰ ਹੋਵੇ, ਮੈਂ ਤਾਂ ਆਪਣੇ ਆਪ ਨੂੰ ਦੇਖਦਾ, ਮੈਨੂੰ ਆਪਣੇ ਅੰਦਰ ਵੀ ਮੁਹੰਮਦ ਹੀ ਨਜ਼ਰ ਆਉਂਦੇ ਹੈ, ਹਸਨ ਨੂੰ ਦੇਖਦਾ ਉਹਨਾਂ ਦੇ ਅੰਦਰ ਵੀ ਮੁਹੰਮਦ ਨਜ਼ਰ ਆਉਂਦੇ ਹੈ, ਹੁਸੈਨ ਨੂੰ ਦੇਖਦਾ ਉਹਦੇ ਅੰਦਰ ਵੀ ਮੁਹੰਮਦ ਨਜ਼ਰ ਆਉਂਦੇ ਹੈ, ਆਪਣੀ ਪਤਨੀ ਫਾਤਿਮਾ ਨੂੰ ਦੇਖਦਾ ਤਾਂ ਉਹਦੇ ਚਿਹਰੇ 'ਚੋਂ ਵੀ, ਕਿਉਂਕਿ ਹਜ਼ੂਰ ਦੀ ਬੇਟੀ ਹੈ, ਉਹਦੇ ਚਿਹਰੇ ਤੋਂ ਵੀ ਹਜ਼ੂਰ ਮੁਹੰਮਦ ਹੀ ਨਜ਼ਰ ਆਉਂਦੇ। ਜਦੋਂ ਉਹਨਾਂ ਸੁਣਿਆ ਉਹ ਕਹਿੰਦਾ ਇਹ ਕਿੱਦਾਂ ਹੋ ਸਕਦਾ ਕਿ ਤੁਹਾਡੇ ਅੰਦਰ ਵੀ ਮੁਹੰਮਦ, ਯਾਨੀ ਹਜ਼ੂਰ ਮੁਹੰਮਦ, ਹਸਨ ਹੁਸੈਨ ਔਰ ਫਾਤਿਮਾ ਦੇ ਅੰਦਰ ਵੀ ਹਜ਼ੂਰ ਮੁਹੰਮਦ, ਇਹ ਕਿੱਦਾਂ ਹੋ ਸਕਦਾ ਹੈ? ਤਾਂ ਹਜ਼ਰਤ ਅਲੀ ਨੇ ਕਿਹਾ, ਰੁੱਕ ਤੈਨੂੰ ਦੱਸਦਾ ਹਾਂ। ਹਜ਼ਰਤ ਅਲੀ ਅੰਦਰ ਗਏ, ਕੁਰਾਨ ਸ਼ਰੀਫ ਲਿਆਂਦਾ। ਕੁਰਾਨ ਸ਼ਰੀਫ ਤੁਹਾਨੂੰ ਪਤਾ ਹੀ ਹੈ ਪਵਿੱਤਰ ਕਿਤਾਬ ਹੈ। ਜਦੋਂ ਕੁਰਾਨ ਸ਼ਰੀਫ ਨੂੰ ਲੈ ਕੇ ਆਏ ਹਜ਼ਰਤ ਅਲੀ, ਉਹਦੇ ਹੱਥ ਹੀ ਦਿੱਤਾ, ਕਹਿੰਦੇ ਇਹ ਕੀ ਹੈ? ਕਹਿੰਦਾ ਜੀ ਇਹ ਕੁਰਾਨ ਪਾਕ ਹੈ, ਕੁਰਾਨ ਸ਼ਰੀਫ ਹੈ। ਹਜ਼ਰਤ ਅਲੀ ਕਹਿੰਦੇ ਇਹਨੂੰ ਖੋਲ। ਜਦੋਂ ਖੋਲਿਆ ਉਹ ਕਹਿੰਦੇ ਕਿਹੜੀ ਸੂਰਾ ਹੈ? ਉਹਨੇ ਦੇਖਿਆ, ਕਹਿੰਦਾ ਜੀ ਸੂਰਾ ਫਾਤਿਹਾ ਹੈ, ਕੁਰਾਨ ਦੇ ਵਿੱਚ ਇੱਕ ਸੂਰਾ ਫਾਤਿਹਾ ਵੀ ਹੈ। ਉਹਨਾਂ ਨਾਮ ਲਿਆ ਜੀ, ਜਦੋਂ ਖੋਲ੍ਹਿਆ ਤਾਂ ਸੂਰਾ ਫਾਤਿਹਾ ਵਾਲਾ ਪੰਨਾ ਨਿਕਲਿਆ। ਉਹ ਕਹਿੰਦੇ ਜੀ ਸੂਰਾ ਫਾਤਿਹਾ ਹੈ। ਹਜ਼ਰਤ ਅਲੀ ਨੇ ਕਿਹਾ ਬੰਦ ਕਰ। ਉਹਨਾਂ ਬੰਦ ਕੀਤੀ ਕੁਰਾਨ, ਕਹਿੰਦੇ ਦੁਬਾਰਾ ਖੋਲ੍ਹ। ਜਦੋਂ ਦੁਬਾਰਾ ਖੋਲ੍ਹਿਆ ਕਹਿੰਦੇ ਹੁਣ ਕਿਹੜੀ ਸੂਰਾ ਹੈ? ਕਹਿੰਦੇ ਜੀ ਸੂਰਾ ਯੂਸਫ, ਜੋ ਸੂਰਾ ਯੂਸਫ ਹੈ। ਕਹਿੰਦੇ ਫਿਰ ਕੁਰਾਨ ਬੰਦ ਕਰ, ਫਿਰ ਖੋਲ੍ਹ। ਜਦੋਂ ਫਿਰ ਖੋਲ੍ਹਿਆ ਕਹਿੰਦੇ ਹੁਣ ਕਿਹੜੀ ਸੂਰਾ ਹੈ? ਜਦੋਂ ਹੁਣ ਖੋਲ੍ਹਿਆ ਕਹਿੰਦੇ ਸੂਰਾ ਯਾਸੀਨ, ਕਿਉਂਕਿ ਜਦੋਂ ਖੋਲ੍ਹਦਾ ਸੀ ਤਾਂ ਹੁਣ ਇਹ ਥੋੜ੍ਹੀ ਪਤਾ ਹੋਣਾ ਕਿੱਥੋਂ ਖੁੱਲ੍ਹਣੀ ਹੈ ਇਹ ਕਿਤਾਬ, ਤੁਸੀਂ ਲੈ ਲਓ ਵੀ ਕਿਹੜੇ ਪੰਨੇ ਤੋਂ ਖੁੱਲ੍ਹਣੀ ਹੈ। ਬੰਦਾ ਕਹਿੰਦਾ ਪਹਿਲਾਂ ਪੰਨਾ ਨੰਬਰ 50 ਸੀ, ਹੁਣ ਦੁਬਾਰਾ ਬੰਦ ਕਰਕੇ ਖੋਲ੍ਹੀ, ਹੁਣ ਪੰਨਾ ਨੰਬਰ 53 ਹੈ, ਜਾਂ ਹੁਣ ਖੋਲ੍ਹੀ ਹੁਣ ਪੰਨਾ ਨੰਬਰ 115 ਹੈ। ਇੱਦਾਂ ਹੀ ਜਦੋਂ ਖੋਲ੍ਹਦਾ ਸੀ ਤਾਂ ਪੰਨੇ ਬਦਲ ਜਾਂਦੇ ਸੀ। ਉਹ ਕਹਿੰਦਾ ਜੀ ਹੁਣ ਸੂਰਾ ਯਾਸੀਨ, ਕਹਿੰਦੇ ਬੰਦ ਕਰ, ਹੁਣ ਖੋਲ੍ਹ, ਹੁਣ ਖੋਲ੍ਹੀ, ਕਹਿੰਦੇ ਹੁਣ ਦੱਸ ਕੀ ਹੈ? ਜਦੋਂ ਹੁਣ ਖੋਲ੍ਹਿਆ ਕਹਿੰਦੇ ਸੂਰਾ ਇਖਲਾਸ, ਕਹਿੰਦੇ ਹੁਣ ਬੰਦ ਕਰ ਦੇ, ਹੁਣ ਦੱਸ ਕੀ ਹੈ? ਕਹਿੰਦਾ ਜੀ ਹੁਣ ਕੁਰਾਨ ਸ਼ਰੀਫ ਹੈ। ਹਜ਼ਰਤ ਅਲੀ ਕਹਿੰਦੇ ਇੱਕ ਗੱਲ ਦੱਸ, ਇੱਕ ਗੱਲ ਦੱਸ, ਹੁਣ ਤੂੰ ਕਹਿ ਰਿਹਾ ਕੁਰਾਨ ਸ਼ਰੀਫ, ਜਦੋਂ ਖੋਲ੍ਹਦਾ ਆ ਤਾਂ ਤੂੰ ਕਹਿੰਦਾ ਸੀ ਕਦੀ ਸੂਰਾ ਯਾਸੀਨ ਹੈ, ਕਦੀ ਸੂਰਾ ਫਾਤਿਹਾ ਹੈ, ਕਦੀ ਸੂਰਾ ਯੂਸਫ ਹੈ, ਕਦੀ ਸੂਰਾ ਇਖਲਾਸ ਹੈ, ਪਰ ਹੁਣ ਬੰਦ ਕੀਤਾ ਤਾਂ ਤੂੰ ਕਹਿੰਦਾ ਹੈ ਇਹ ਕੁਰਾਨ ਹੈ। ਤਾਂ ਉਸ ਵੇਲੇ ਉਹਨਾਂ ਕਿਹਾ, ਹਜ਼ੂਰ ਦਰਅਸਲ ਜਦੋਂ ਕੁਰਾਨ ਖੋਲ੍ਹਦੇ ਹਾਂ ਤਾਂ ਕੁਰਾਨ ਦੇ ਵਿੱਚ ਇਕੱਲੀਆਂ ਇਕੱਲੀਆਂ ਸੂਰਾ ਨਜ਼ਰ ਆਉਂਦੀਆਂ ਹੈ, ਪਰ ਜਦੋਂ ਬੰਦ ਕਰਦੇ ਹਾਂ ਤਾਂ ਸਾਰੀਆਂ ਸੂਰਾ ਇੱਕ ਕੁਰਾਨ ਵਿੱਚ ਸੀਮਿਤ ਹੋ ਜਾਂਦੀਆਂ ਹੈ। ਤਾਂ ਹਜ਼ਰਤ ਅਲੀ ਕਹਿੰਦੇ ਬਸ ਇਸੇ ਤਰ੍ਹਾਂ ਜਦੋਂ ਅੱਖਾਂ ਖੋਲ੍ਹਦੇ ਹਾਂ ਤਾਂ ਅਲੀ, ਫਾਤਿਮਾ, ਹਸਨ, ਹੁਸੈਨ ਨਜ਼ਰ ਆਉਂਦੇ ਹੈ, ਪਰ ਜਦੋਂ ਅੱਖਾਂ ਬੰਦ ਕਰਦੇ ਹਾਂ ਤਾਂ ਮੁਹੰਮਦ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨਜ਼ਰ ਆਉਂਦੇ ਹੈ। ਕਿਉਂਕਿ ਤਾਂ ਆਪਣੀ ਗੱਲ ਹੈ, ਅੱਖਾਂ ਖੋਲ੍ਹ ਕੇ ਦੇਖਾਂਗੇ ਤਾਂ ਅਲੱਗ ਅਲੱਗ ਨਜ਼ਰ ਆਵਾਂਗੇ, ਪਰ ਅੱਖਾਂ ਬੰਦ ਕਰਕੇ ਦੇਖਾਂਗੇ ਤਾਂ ਸਭ ਦੇ ਅੰਦਰ ਉਹਦਾ ਹੀ ਨੂਰ ਨਜ਼ਰ ਆਏਗਾ।